ਯਾਰ ਯਾ ਅਗਰ ਨਹੀਂ ਕਿਨੀ ਮਲਾ ਜੁੰਖੇ ਚਾਹੇੋ ਜਨਾ ਦਾ ਜੱਟ ਵੀ ਸਕੀਨ ਸਸਿਕਰ ਬੀਰ ਜੀ ਕੀ ਹਾਲ ਹੈ ਸਾਰਿਆਂ ਦਾ ਨਵੀਂ ਵੀਡੀਓ ਲੈ ਕੇ ਫਿਰ ਤੋਂ ਹਾਜ਼ਰ ਹਾਂ ਜੀ ਮੇਰਾ ਨਾਮ ਹੈ ਰਵੀ ਤੇ ਤੁਸੀਂ ਆਪਣਾ ਚੈਨਲ ਦੇਖ ਰਹੇ ਹੋ ਟਰੈਕਟਰ ਮੰਡੀ ਤੇ ਕਈ ਮਸ਼ੀਨਰੀਆਂ ਲੈ ਕੇ ਹਾਜ਼ਰ ਹਾਂ ਜੀ ਤੇ ਬਹੁਤ ਵਧੀਆ ਕੰਡੀਸ਼ਨ ਦੀਆਂ ਤੇ ਦੇਖਿਓ ਜੀ ਸਾਰੀ ਵੀਡੀਓ ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਜੀ ਫੋਰ ਟਰੈਕਟਰ ਹੈ 3600 ਮੋਡੀਫਾਈ ਕੀਤਾ ਹੋਇਆ ਜੀ 1988 ਮਾਡਲ ਹੈ 1 ਲੱਖ 60 ਹਜ਼ਾਰ ਡਿਮਾਂਡ ਰੱਖੀਏ ਜੀ ਤੇ ਅੰਮ੍ਰਿਤਸਰ ਇਹਨਾਂ ਦਾ ਏਰੀਆ ਜੀ ਅੰਮ੍ਰਿਤਸਰ ਏਰੀਆ ਤੇ ਨਵੇਂ ਟਾਇਰ ਨੇ ਬਿਲਕੁਲ ਜਿਹੜੇ ਵੀਰ ਦਾ ਟਰੈਕਟਰ ਆ ਉਹਨਾਂ ਦਾ ਨੰਬਰ ਹੈ ਜੀ 9815384032 9815384032 ਇਹਨਾਂ ਦਾ ਨੰਬਰ ਹੈ ਤੇ ਵੀਰ ਨੇ ਪੂਰਾ ਤਸੱਲੀ ਨਾਲ ਜਿਹੜਾ ਬੋਲ ਟਰੈਕਟਰ ਹੈ ਉਹਨੂੰ ਮੋਡੀਫਾਈ ਕਰਾਇਆਗਾ ਪੂਰੀ ਵਧੀਆ ਛਤਰੀ ਲੁਆਈ ਹੈ ਜੀ ਪੂਰਾ ਵਧੀਆ ਤੇ origignal ਪੇਂਟ ਕਰਾਇਆ ਤੇ ਸਾਰੇ ਸੀਟ ਮਗਰਾਟ ਸਾਰਾ ਕੁਛ ਨਵਾਂ ਹੈ ਜੀ ਟਾਇਰ ਨਵੇਂ ਆ ਤੇ ਸਾਰਾ ਕੰਮ ਹੋਇਆ ਜੀ ਮਿਊਜ਼ਿਕ ਸਿਸਟਮ ਲੱਗਿਆ ਛਤਰੀ ਲੱਗਿਆ ਸਾਰਾ ਕੰਮ ਓਕੇ ਹੈ ਜੀ ਤੇ ਕੋਈ ਕੰਮ ਨਹੀਂ ਭਾਲਦਾ ਟਰੈਕਟਰ ਪੂਰਾ ਕੰਮ ਤਸੱਲੀ ਨਾਲ ਕਰਾਇਆ ਵੀਰ ਨੇ ਤੇ ਵੀਰ ਨੇ ਸਾਰਾ ਕੁਝ ਦੱਸਿਆਗਾ ਸਾਰਾ ਕੁਝ ਓਕੇ ਹੈ ਜੀ ਕਾਗਜ਼ ਪੱਤਰ ਪੂਰੇ ਹੈ 1988 ਮਾਡਲ ਹੈ ਜੀ 1 ਲੱਖ 60 ਹਜ਼ਾਰ ਵੀਰ ਨੇ ਡਿਮਾਂਡ ਰੱਖੀ ਹੈ ਤੇ ਬਾਕੀ ਥੋੜਾ ਬੋਤ ਹੈ ਜਿਹੜਾ ਉਹ ਮੌਕੇ ਤੇ ਲੈਸ ਹੋ ਜੂਗਾ ਜੀ ਤੇ ਬਹੁਤ ਸ਼ੌਂਕ ਨਾਲ ਤਿਆਰ ਕਰਾਇਆ ਵੀਰ ਨੇ ਤੇ ਹੁਣ ਵੇਚਦੇ ਆ ਜੀ ਕਿਸੇ ਵੀਰ ਨੇ ਲੈਣਾ ਹੋਵੇ ਤਾਂ ਲੈ ਕੇ ਹਾਜ਼ਰ ਹੈ ਜੀ ਫੋਰ ਟਰੈਕਟਰ 3600 ਤੇ ਕੋਈ ਵੀ ਵੀਰ ਖਰੀਦ ਸਕਦੇ ਜੀ ਤੇ ਕਿਸੇ ਵੀਰ ਨੇ ਹੋਰ ਵੀ ਕੋਈ ਜਾਣਕਾਰੀ ਲੈਣੀ ਹੈ ਟਰੈਕਟਰ ਬਾਰੇ ਤਾਂ ਇਹਨਾਂ ਦਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਜੀ ਇਹਨਾਂ ਨੂੰ ਫੋਨ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਤੇ ਕਿਸੇ ਵੀਰ ਨੇ ਆਪਣੇ ਚੈਨਲ ਤੇ ਐਡ ਕਰਾਉਣੀ ਹੈ ਜੀ ਟਰੈਕਟਰ ਮੰਡੀ ਤੇ ਬਿਲਕੁਲ ਫਰੀ ਦੇ ਵਿੱਚ ਤਾਂ ਮੇਰਾ ਵਟਸਐਪ ਨੰਬਰ ਥੱਲੇ ਵਾਰ-ਵਾਰ ਚਿੱਟੇ ਅੱਖਰਾਂ ਚ ਚੱਲ ਰਿਹਾ ਹੈ ਜੀ ਨੰਬਰ ਹੈ ਮੇਰਾ 769629488 ਮੇਰਾ ਵਟਸਐਪ ਨੰਬਰ ਹੈ ਜੀ ਇਦੇ ਉੱਤੇ 5 ਤੋਂ 7 ਫੋਟੋ ਆ ਫੋਨ ਨੂੰ ਟੇਡਾ ਕਰਕੇ ਪੂਰੀਆਂ ਸਾਫ-ਸੁਤਰੀਆਂ ਖਿੱਚ ਕੇ ਚਾਰੇ ਪਾਸਿਓ ਤੇ ਬਾਕੀ ਸਾਰੀ ਜਾਣਕਾਰੀ ਦੇ ਨਾਲ ਮੈਨੂੰ ਸੈਂਡ ਕਰ ਦਿਓ ਬਹੁਤ ਹੀ ਜਲਦ ਤੁਹਾਡੀ ਐਡ ਆਪਣੇ ਚੈਨਲ ਡਾਇਰੈਕਟਰ ਮੰਡੀ ਤੇ ਲਗਾ ਦੇਗੇ ਤੇ ਬਹੁਤ ਹੀ ਜਲਦ ਤੁਹਾਡੀ ਮਸ਼ਨਰੀ ਜਿਹੜੀ ਉਹ ਵਿਕ ਜੂਗੀ ਜੀ ਤੇ ਐਡ ਐਡ ਅੱਜ ਥੋੜੀ ਜਿਹੀ ਲੇਟ ਹੋ ਗਈ ਜੀ ਥੋੜਾ ਜਿਹਾ ਕੰਮ ਸੀਗਾ ਤੇ ਹੁਣ ਤੁਸੀਂ ਦੇਖ ਰਹੇ ਹੋ ਜੀ ਬੁਲਟ ਮੋਟਰਸਾਈਕਲ ਬੁਲਟ ਮੋਟਰਸਾਈਕਲ ਹੈ ਜੀ 2007 ਮਾਡਲ ਹੈ 1 ਲੱਖ 18000 ਡਿਮਾਂਡ ਹੈ ਜਿਹਦੀ ਸੋ ਨਾਮ ਇਹਨਾਂ ਦਾ ਏਰੀਆ 80 ਤੋਂ 85% ਟਾਇਰਾਂ ਦੀ ਕੰਡੀਸ਼ਨ ਪਈ ਹੈ ਜੀ 98767 38 510 ਇਹਨਾਂ ਦਾ ਨੰਬਰ ਹੈ ਤੇ ਇਹ ਪੂਰਾ ਵਧੀਆ ਮੋਟਰਸਾਈਕਲ ਹੈ ਜੀ ਆਹ ਬੁਲਟ ਮੋਟਰਸਾਈਕਲ ਹੈ ਸਟੈਂਡਰਡ ਤੇ ਸਾਰਾ ਕੁਝ ਕੰਮ ਹੋਇਆ ਜੀ ਇਹਦਾ ਸਾਰੇ ਕਾਗਜ਼ ਪੱਤਰ ਪੂਰੇ ਹੈ ਕਿਸੇ ਪਾਸੋਂ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਜੀ ਤੇ ਨਾ ਕੋਈ ਰੰਗ ਹੋਇਆ ਜੀ ਨਾ ਕੋਈ ਇਹਦੇ ਪਾਰਟ ਬਦਲੇ ਗਏ ਜੀ ਸਾਰਾ origignal ਮਤਲਬ ਮੋਟਰਸਾਈਕਲ ਹੈ ਜੀ ਆਹ ਤੇ ਕਿਸੇ ਪਾਸਿਓ ਕੋਈ ਦਿੱਕਤ ਨਹੀਂ ਸਾਰਾ ਕੰਮ ਹੋਇਆ ਜੀ ਸਰਵਿਸ ਵਗੈਰਾ ਕਰਾਈ ਹੋਈ ਹੈ ਸੁਨਾਮ ਇਹਨਾਂ ਦਾ ਏਰੀਆ 80% ਏਅਰ ਕੰਡੀਸ਼ਨ ਪਈ ਹੈ 1,11,000 ਵੀਰ ਨੇ ਡਿਮਾਂਡ ਰੱਖਿਆ ਹੈ ਬਾਕੀ ਥੋੜਾ ਬੋਤਾਂ ਮੌਕੇ ਤੇ ਹੋ ਜੂਗਾ ਜੀ 2007 ਮਾਡਲ ਹੈ ਜੀ ਤੇ ਨੰਬਰ ਬਾਕੀ ਇਹਨਾਂ ਦਾ ਸਕਰੀਨ ਦੇ ਉੱਤੇ ਦਿੱਤਾ ਹੋਇਆ ਜੀ ਕਿਸੇ ਪਾਸਿਓ ਕੋਈ ਪਰੇਸ਼ਾਨੀ ਵਾਲੀ ਗੱਲ ਨਹੀਂ ਕਿਸੇ ਵੀਰ ਨੇ ਮੋਟਰਸਾਈਕਲ ਖਰੀਦਣਾ ਆ ਖਰੀਦ ਸਕਦੇ ਹੋ ਜੀ ਤੇ ਰੰਗ ਨਾਲ ਦੇ ਜੀ ਸਾਰੇ ਬਹੁਤ ਸੰਭਾਲ ਕੇ ਰੱਖਿਆ ਵੀ ਇੰਨੇ ਮੋਟਰਸਾਈਕਲ ਤੇ ਹੁਣ ਵਿਕਾਉ ਉਹ ਜੀ ਕਿਸੇ ਵੀਨੇ ਮੋਟਰਸਾਈਕਲ ਖਰੀਦਣਾ ਤਾਂ ਖਰੀਦ ਸਕਦੇ ਹੋ ਜੀ ਤੇ ਹੁਣ ਤੁਸੀਂ ਦੇਖ ਰਹੇ ਹੋ ਜੀ ਬਲੇਰੋ ਗੱਡੀ 2013 ਮਾਡਲ ਗੱਡੀ ਆਹ 5 ਲੱਖ 10 ਹਜ਼ਾਰ ਡਿਮਾਂਡ ਰੱਖੀ ਜੀ ਤੇ ਗੁਰੂ ਹਰ ਸਹਾਇ ਇਹਨਾਂ ਦਾ ਏਰੀਆ ਜੀ ਗੁਰੂ ਹਰ ਸਹਾਇ ਇਹਨਾਂ ਦਾ ਏਰੀਆ ਨਵੇਂ ਟਾਇਰ ਨੇ ਬਿਲਕੁਲ ਸਟਿੱਪ ਨਹੀਂ ਨਵੀਂ ਹੈ ਜੀ ਤੇ ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਦਾ ਨੰਬਰ ਹੈ ਜੀ 72 988 ਤੇ ਪੂਰਾ 88000 ਇਹਨਾਂ ਦਾ ਨੰਬਰ ਹੈ ਤੇ ਗੱਡੀ ਪੂਰੀ ਵਧੀਆ ਪਈ ਹੈ ਜੀ ਅੰਦਰੋਂ ਗੱਲ ਕਰੀ ਅੰਦਰੋਂ ਵੀ ਗੱਡੀ ਬਹੁਤ ਸਾਫ਼ ਪਈ ਹੈ ਜੀ ਤੇ ਬਾਹਰੋਂ ਵੀ ਪੂਰੀ ਸਾਫ਼ ਪਈ ਹੈ ਨਾ ਕੋਈ ਕਲਰ ਪੇਂਟ ਹੋਇਆ ਜੀ ਨਾਲ ਦਾ ਰੰਗ ਹੈ ਤੇ ਇੰਜਨ ਦੀ ਬੈਟਰੀ ਦੀ ਸਾਰੀ ਗੱਡੀ ਦੀ ਫੁੱਲ ਗਾਰੰਟੀ ਹੈ ਕਾਗਜ਼ ਪੱਤਰ ਪੂਰੇ ਹੈ ਜੀ ਤੇ ਕਿਸੇ ਵੀ ਨੇ ਆਹ ਗੱਡੀ ਖਰੀਦਣੀ ਹੋਵੇ ਖਰੀਦ ਸਕਦੇ ਹੋ ਬਿਕਾਉ ਹੈ ਜੀ ਤੇ ਬਾਕੀ ਜਿਹੜਾ ਰੇਟ ਹੈ ਹੋਮ ਬੋਕ ਕੇ ਤੇ ਥੋੜਾ ਬੋਤਾਂ ਹੋ ਜੂਗਾ ਜੀ ਬਹੁਤ ਸੰਭਾਲ ਕੇ ਰੱਖਿਆ ਵੀਰ ਨੇ ਬਾਕੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਜੀ ਕਿਸੇ ਪਾਸੋਂ ਕੋਈ ਦਿੱਕਤ ਵਾਲੀ ਗੱਲ ਨਹੀਂ ਜੀ ਕਿਸੇ ਵੀਰ ਨੇ ਆ ਕੇ ਦੇਖ ਰੇ ਦੁਨੀਆ ਤਿੰਨਾਂ ਦਾ ਨੰਬਰ ਸਕਰੀਨ ਦੇ ਉੱਤੇ ਦਿੱਤਾ ਹੋਇਆ ਹੈ ਜਿਹੜੇ ਵੀਰ ਦੀ ਗੱਡੀ ਹੈ ਉਹਨਾਂ ਨਾਲ ਗੱਲ ਕਰਕੇ ਤੁਸੀਂ ਗੱਡੀ ਖਰੀਦ ਸਕਦੇ ਹੋ ਜੀ ਤੇ ਆਪਣੇ ਚੈਨਲ ਤੇ ਇਦਾਂ ਦੀ ਵੀਡੀਓ ਹਰ ਰੋਜ਼ ਆਉਂਦੀ ਹੈ ਜੀ ਤੇ ਇਸ ਤਰ੍ਹਾਂ ਦੀ ਵੀਡੀਓ ਹਰ ਰੋਜ਼ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਥੱਲੇ ਇੱਕ ਲਾਲ ਜਿਹੇ ਰੰਗ ਦਾ ਬਟਨ ਹੋਊਗਾ ਤੇ ਉਹਨੂੰ ਦਬਦਿਓ ਨਾਲ ਇੱਕ ਘੰਟੀ ਦਾ ਬਟਨ ਹੈ ਉਹ ਉਹਨੂੰ ਦਬਵਾ ਦਿਓ ਜੀ ਤੇ ਇਹਨਾਂ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਮੈਂ ਨਵੀਂ ਵੀਡੀਓ ਪਾਉਮਾ ਚੈਨਲ ਤੇ ਆਪਣੇ ਡਾਇਰੈਕਟਰ ਮੰਡੀ ਤੇ ਤਾਂ ਉਹਦਾ ਜਿਹੜਾ ਮੈਸੇਜ ਹੈ ਉਹ ਤੁਰਤ ਪਹਿਰ ਤੁਹਾਡੇ ਮੋਬਾਈਲ ਤੇ ਚਲਾ ਜਾਊਗਾ ਤੇ ਤੁਸੀਂ ਤੁਰਤ ਪਹਿਰ ਵੀਡੀਓ ਨੂੰ ਦੇਖ ਸਕੋਗੇ ਜੀ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਇਹਨਾਂ ਨਾਲ ਹੌਸਲਾ ਜਾਂ ਬੜਿਆ ਰਹਿੰਦਾ ਜੀ ਤੇ ਵੱਧ ਤੋਂ ਵੱਧ ਚੈਨਲ ਨੂੰ ਸਪੋਰਟ ਰੱਖਿਆ ਕਰੋ ਵੀਡੀਓ ਨੂੰ ਸਪੋਰਟ ਰੱਖਿਆ ਕਰੋ ਜੀ ਸ਼ੇਅਰ ਚੱਕਦਿਆ ਕਰੋ ਜੀ ਵੱਧ ਤੋਂ ਵੱਧ ਤੇ ਅੱਜ ਲਈ ਇੰਨੇ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਤੇ ਅੱਗੇ ਦੋ ਵੀਡੀਓ ਹੋਰ ਆਉਣਗੀਆਂ ਜੀ ਲਾਸਟ ਤੇ ਉਹਨਾਂ ਨੂੰ ਵੀ ਤੁਸੀਂ ਦੇਖ ਸਕਦੇ ਹੋ ਤੇ ਖੁਸ਼ ਰਹੋ ਜੀ ਚਲੋ ਮਿਲਦੇ ਹਾਂ ਜੀ